ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਗਾਤਾਰ ਸੁਖਨਾ ਲੇਕ ਨੂੰ ਮੋਨੀਟਰ ਕਰਨ ਵਾਸਤੇ ਇੱਕ ਟੀਮ ਰੱਖ ਲਈ ਗਈ ਹੈ। ਮੋਨੀਟਰ ਕਰੇਗੀ ਕਿ ਪਾਣੀ ਦਾ ਜਦ ਲੈਵਲ ਵੱਧ ਜਾਂਦਾ ਤੇ ਲੋਕਾਂ ਨੂੰ ਸੂਚਿਤ ਵੀ ਕੀਤਾ ਜਾਵੇਗਾ। ਕਿਤੇ ਨਾ ਕਿਤੇ ਮੌਸਮ ਵਿਭਾਗ ਵੱਲੋਂ ਵੀ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜਾ ਕਿ 4-5 ਦਿਨ ਦੇ ਵਿੱਚ ਭਾਰੀ ਮੀਂਹ ਆ ਸਕਦਾ, ਜਿਸ ਕਾਰਨ ਪਹਿਲਾਂ ਤੋਂ ਹੀ ਪ੍ਰਸ਼ਾਸਨ ਵੱਲੋਂ ਬਹੁਤ ਸਾਰੀਆਂ ਤਿਆਰੀਆਂ ਇਸ ਬਾਬਤ ਕੀਤੀਆਂ ਗਈਆਂ। ਜਦ ਪਾਣੀ ਛੱਡਿਆ ਜਾਵੇਗਾ ਡੈਮ ਦੇ ਵਿੱਚੋਂ ਦੀ ਤਾਂ ਆਸ ਪਾਸ ਦੇ ਲੋਕਾਂ ਨੂੰ ਕੋਈ ਦਿੱਕਤ ਨਾ ਆ ਸਕੇ, ਉਸ ਲਈ ਪ੍ਰਸ਼ਾਸਨ ਵੱਲੋਂ ਸਿੱਧੇ ਤੌਰ 'ਤੇ ਇੱਕ ਹੈਲਪਲਾਈਨ ਨੰਬਰ ਜਾਰੀ ਕਰਕੇ ਬਕਾਇਦਾ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ। ਪਿਛਲੇ ਸਾਲ ਜੋ ਬਾਰਿਸ਼ ਹੋਈ ਸੀ, ਸੁਖਨਾ ਦਾ ਲੈਵਲ ਸੀਗਾ ਜੋ ਕਾਫੀ ਵੱਧ ਗਿਆ ਸੀਗਾ, ਬਹੁਤ ਸਾਰਾ ਪਾਣੀ ਛੱਡਿਆ ਗਿਆ ਸੀ ਅਤੇ ਆਸ ਪਾਸ ਦੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਗਾਤਾਰ ਸੁਖਨਾ ਲੇਕ ਨੂੰ ਮੋਨੀਟਰ ਕਰਨ ਵਾਸਤੇ ਇੱਕ ਟੀਮ ਰੱਖ ਲਈ ਗਈ ਹੈ। ਬਕਾਇਦਾ ਜਿਹੜੀ ਕਿ ਮੋਨੀਟਰ ਕਰੇਗੀ ਕਿ ਪਾਣੀ ਦਾ ਜਦ ਲੈਵਲ ਵੱਧ ਜਾਂਦਾ ਤੇ ਲੋਕਾਂ ਨੂੰ ਸੂਚਿਤ ਵੀ ਕੀਤਾ ਜਾਵੇਗਾ। ਇਸ ਵਕਤ ਦੀ ਤਸਵੀਰ ਦਿਖਾ ਦਿੰਦੇ ਹਾਂ ਕਿ ਤਕਰੀਬਨ 24 ਘੰਟੇ ਮੀਂਹ ਪੈਣ ਤੋਂ ਬਾਅਦ ਜੋ ਸੁਖਨਾ ਲੇਕ ਦੇ ਅੱਜ ਦੇ ਹਾਲਾਤ ਨੇ ਉਹ ਠੀਕ ਨੇ, ਪਰ ਕਿਤੇ ਨਾ ਕਿਤੇ ਮੌਸਮ ਵਿਭਾਗ ਵੱਲੋਂ ਵੀ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜਾ ਕਿ 4-5 ਦਿਨ ਦੇ ਵਿੱਚ ਭਾਰੀ ਮੀਂਹ ਆ ਸਕਦਾ, ਜਿਸ ਕਾਰਨ ਪਹਿਲਾਂ ਤੋਂ ਹੀ ਪ੍ਰਸ਼ਾਸਨ ਵੱਲੋਂ ਬਹੁਤ ਸਾਰੀਆਂ ਤਿਆਰੀਆਂ ਇਸ ਬਾਬਤ ਕੀਤੀਆਂ ਗਈਆਂ ਨੇ। ਹਾਲਾਂਕਿ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤੇ ਗਏ ਨੇ ਤਾਂ ਜੋ ਜਦ ਪਾਣੀ ਛੱਡਿਆ ਜਾਵੇਗਾ ਡੈਮ ਦੇ ਵਿੱਚੋਂ ਦੀ ਤਾਂ ਆਸ ਪਾਸ ਦੇ ਲੋਕਾਂ ਨੂੰ ਕੋਈ ਦਿੱਕਤ ਨਾ ਆ ਸਕੇ, ਉਸ ਲਈ ਪ੍ਰਸ਼ਾਸਨ ਵੱਲੋਂ ਸਿੱਧੇ ਤੌਰ 'ਤੇ ਇੱਕ ਹੈਲਪਲਾਈਨ ਨੰਬਰ ਜਾਰੀ ਕਰਕੇ ਬਕਾਇਦਾ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ। ਅਗਰ ਕੋਈ ਵੀ ਲੇਕ ਦੇ ਸੰਬੰਧ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਇਸ ਨੰਬਰ 'ਤੇ ਜਿਹੜਾ ਕਿ ਕਾਲ ਕੀਤਾ ਜਾ ਸਕਦਾ। ਨਾਲ ਹੀ ਇੱਕ ਟੀਮ ਮੋਨੀਟਰਿੰਗ ਲਈ ਰੱਖ ਦਿੱਤੀ ਗਈ ਹੈ ਜੋ ਸਾਰੀ ਸੁਖਨਾ ਲੇਕ ਨੂੰ ਮੋਨੀਟਰ ਕਰੇ। ਜੇ ਕਿੱਥੋਂ ਵੀ ਸੁਖਨਾ ਲੇਕ ਪਾਸੋਂ ਕੋਈ ਦਿੱਕਤ ਦੇਖਣ ਨੂੰ ਮਿਲਦੀ ਆ ਤਾਂ ਉਸ ਨੰਬਰ 'ਤੇ ਜਿਹੜਾ ਕਿ ਕਾਲ ਕੀਤੀ ਜਾ ਸਕਦੀ ਹੈ ਅਤੇ ਲਗਾਤਾਰ ਪ੍ਰਸ਼ਾਸਨ ਇਸ ਨੂੰ ਮੋਨੀਟਰ ਕਰ। ਸੁਖਨਾ ਲੇਕ ਦੇ ਵਿੱਚ ਪਾਣੀ ਕਿੰਨਾ ਵੱਧ ਰਿਹਾ, ਹਾਲਾਂਕਿ ਪ੍ਰਸ਼ਾਸਨ ਲਗਾਤਾਰ ਇਹ ਵੀ ਅਪੀਲ ਕਰ ਰਿਹਾ ਕਿ ਅਗਰ ਪਾਣੀ ਛੱਡਿਆ ਜਾਂਦਾ ਲੋਕਾਂ ਨੂੰ ਤਾਂ ਉਹ ਇੱਕ ਹੈਲਪਲਾਈਨ ਨੰਬਰ ਦੇ ਵਿੱਚ ਕਾਲ ਕਰਕੇ ਸੂਚਿਤ ਕਰ ਸਕਦੇ ਨੇ, ਭਾਵੇਂ ਉਹ ਪਾਣੀ ਦੇ ਨਾਲ ਸੰਬੰਧਿਤ ਹੋਵੇ ਜਾਂ ਕੋਈ ਰੁੱਖ ਗਿਰਦਾ ਉਸ ਦੇ ਨਾਲ ਸੰਬੰਧਿਤ ਹੋਵੇ ਜਾਂ ਕੋਈ ਬਿਜਲੀ ਵਿਭਾਗ ਦੇ ਨਾਲ ਸੰਬੰਧਿਤ ਹੋਵੇ। ਇਹ ਨਾ ਪ੍ਰਸ਼ਾਸਨ ਕਾਲ ਕਰਕੇ ਸੂਚਿਤ ਕਰ ਸਕਦਾ ਅਤੇ ਨਾਲ ਹੀ ਪ੍ਰਸ਼ਾਸਨ ਇਸ ਕਾਲ ਨੂੰ ਉਠਾ ਕੇ ਤਾਂ ਜਲਦੀ ਤੋਂ ਜਲਦੀ ਇੱਥੇ ਜਿਹੜਾ ਕਿ ਕੰਮ ਕੀਤਾ ਜਾਵੇਗਾ। ਅਤੇ ਕੁਛ ਹੀ ਦਿਨ ਦੇ ਵਿੱਚ ਬਾਰਿਸ਼ ਆਉਂਦੀ ਆ ਤਾਂ ਲੋਕਾਂ ਨੂੰ ਇਹ ਵੀ ਅਪੀਲ ਆ ਕਿ ਆਪਣੀ ਤਿਆਰੀਆਂ ਮੁਕੰਮਲ ਰੱਖੀਆਂ ਜਾਣ। ਨਾਲ ਹੀ ਪਿਛਲੇ ਸਾਲ ਜੋ ਬਾਰਿਸ਼ ਹੋਈ ਸੀ, ਸੁਖਨਾ ਦਾ ਲੈਵਲ ਸੀਗਾ ਜੋ ਕਾਫੀ ਵੱਧ ਗਿਆ ਸੀਗਾ, ਉਸ ਵਕਤ ਵੀ ਸੁਖਨਾ ਬਹੁਤ ਸਾਰਾ ਪਾਣੀ ਛੱਡਿਆ ਗਿਆ ਸੀ ਅਤੇ ਆਸ ਪਾਸ ਦੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ। ਪਰ ਇਸ ਵਾਰ ਮੌਨਸੂਨ ਦੀ ਪਹਿਲੀ ਤੋਂ ਦੂਜੀ ਬਰਸਾਤ ਦੇ ਵਕਤ ਚੰਡੀਗੜ੍ਹ ਦੇ ਵਿੱਚ ਲਗਾਤਾਰ ਪ੍ਰਸ਼ਾਸਨ ਪੱਬਾਂ ਭਾਰ ਹੋ ਕੇ ਲੋਕਾਂ ਦੀ ਮਦਦ ਲਈ ਖਲੋਗ ਚੁੱਕਿਆ। ਤਾਂ ਇਹ ਤਸਵੀਰ ਤੁਸੀਂ ਵੇਖ ਪਾ ਰਹੇ ਸੀ ਸੁਖਨਾ ਲੇਕ ਦੀ ਕਿ ਪ੍ਰਸ਼ਾਸਨ ਨੇ ਇੱਕ ਹੈਲਪਲਾਈਨ ਨੰਬਰ ਬਕਾਇਦਾ ਜਾਰੀ ਕਰ ਦਿੱਤਾ ਗਿਆ ਅਤੇ ਨਾਲ ਹੀ ਕਿਸੇ ਨੂੰ ਵੀ ਅਗਰ ਕੋਈ ਮਦਦ ਦੀ ਇਸ ਵਿਚਕਾਰ ਲੋੜ ਪੈਂਦੀ ਹੈ, ਸੁਖਨਾ ਦਾ ਪਾਣੀ ਹੌਲੀ ਹੌਲੀ ਕਰਕੇ ਛੱਡਿਆ ਜਾਂਦਾ ਤਾਂ ਉਸ 'ਤੇ ਜਿਹੜਾ ਕਿ ਕਾਲ ਕੀਤੀ ਜਾ ਸਕਦੀ ਹੈ। ਕੈਮਰਾ ਪਰਸਨ ਸ਼ਿਵਨ ਦੇ ਨਾਲ ਮੈਂ ਦਲਜੀਤ ਸਿੰਘ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।